ਹਾਂਜੀ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਸਰਦੂਲੇ ਵਾਲਾ ਤੋਂ ਸਰਦੂਲਗੜ੍ਹ ਨੂੰ ਜਾ ਰਹੇ ਹਾਂ। ਤਾਂ ਤੁਸੀਂ ਦੇਖ ਰਹੇ ਹੋ ਜੋ ਪਿਛਲੇ 9 ਦਿਨਾਂ ਤੋਂ ਸਰਦੂਲਗੜ੍ਹ ਦੇ ਵਿੱਚ ਇੰਟਰਨੈਟ ਸੇਵਾ ਬੰਦ ਪਈ ਹੈ। ਤਾਂ ਤੁਸੀਂ ਦੇਖ ਰਹੇ ਹੋ ਜੋ ਸਰਕਾਰ ਦੀਆਂ ਘਟੀਆਂ ਰਣਨੀਤੀਆਂ ਅਪਣਾਈਆਂ ਜਾ ਰਹੀਆਂ ਨੇ। ਜੋ ਸਰਦੂਲਗੜ੍ਹ ਦੇ ਵਿੱਚ ਇੰਟਰਨੈਟ ਬੰਦ ਹੈ, ਪਰ ਜੋ ਪਿੰਡਾਂ ਦੇ ਵਿੱਚ ਇੰਟਰਨੈਟ ਚੱਲ ਰਿਹਾ ਹੈ। ਜੋ ਆਪਾਂ ਸਰਦੂਲਗੜ੍ਹ ਤੋਂ 2 ਕਿਲੋਮੀਟਰ ਦੂਰ ਆਉਂਦੇ ਹਾਂ, ਉੱਥੇ ਜੋ ਨੈੱਟ ਚੱਲ ਰਿਹਾ ਹੈ। ਸੋ ਸਰਦੂਲਗੜ੍ਹ ਦੇ ਵਿੱਚ ਜੋ ਨੈੱਟ ਸੇਵਾਵਾਂ ਬੰਦ ਨੇ, ਸੋ ਲੋਕਾਂ ਦੇ ਜੋ ਕੰਮ ਕਾਰ ਠੱਪ ਪਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਜੋ ਡੇਲੀ ਦੀ ਤਰ੍ਹਾਂ ਜੋ ਸਰਦੂਲੇ ਵਾਲੀ ਸਾਈਡ ਜੋ ਸਾਡੇ ਵੀਰ ਆਪਣੇ ਇੰਟਰਨੈਟ ਦੇ ਉੱਪਰ ਜੋ ਜ਼ਰੂਰੀ ਕੰਮ ਕਾਜ ਕਰਨ ਲਈ ਜੋ ਇਹਨਾਂ ਨੂੰ ਮਜਬੂਰੀ ਬਸ ਇੱਥੇ ਸਰਦੂਲੇ ਵਾਲੀ ਸਾਈਡ ਆਉਣਾ ਪੈਂਦਾ ਹੈ। ਤਾਂ ਮੈਂ ਖੁਦ ਆਪਣੇ ਚੈਨਲ ਦੇ ਲਈ ਇੱਥੇ ਲੈਪਟੋਪ 'ਤੇ ਕੰਮ ਕਰਨ ਲਈ ਆਇਆ ਸੀ। ਤਾਂ ਜੋ ਉਹਨਾਂ ਕੋਲ ਵੀ ਇੰਟਰਨੈਟ ਸੇਵਾ ਉਹਨਾਂ ਕੋਲ ਇੰਟਰਨੈਟ ਸੇਵਾ ਨਹੀਂ ਚੱਲ ਰਹੀ ਸੀ ਕਿਸੇ ਮਜਬੂਰੀ ਬਸ। ਤਾਂ ਤੁਸੀਂ ਦੇਖ ਸਕਦੇ ਹੋ ਦੋਨਾਂ ਸ਼ੈੱਡਾਂ 'ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋ ਤਸਵੀਰਾਂ ਦੇ ਵਿੱਚ ਜੋ ਤੁਸੀਂ ਗੱਡੀਆਂ ਲੱਗੀਆਂ ਦੇਖ ਰਹੇ ਹੋ, ਮੋਟਰਸਾਈਕਲ ਲੱਗੇ ਦੇਖ ਰਹੇ ਹੋ, ਜੋ ਲਗਾਤਾਰ ਸਰਦੂਲਗੜ੍ਹ ਵਿੱਚ 9 ਦਿਨਾਂ ਤੋਂ ਇੰਟਰਨੈਟ ਸੇਵਾਵਾਂ ਬੰਦ ਪਈਆਂ ਨੇ। ਜੋ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਭੋਰਾ ਸ਼ਰਮ ਨਹੀਂ ਹੈ, ਜੋ ਕਿ ਇਹ ਕਹਿੰਦੇ ਨੇ ਕਿ ਸਰਦੂਲਗੜ੍ਹ ਏਰੀਆ ਜੋ ਬੋਰਡਰ ਏਰੀਆ ਪੈਂਦਾ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜੋ ਸਰਦੂਲੇ ਵਾਲਾ ਕੀ ਬੋਰਡਰ ਏਰੀਏ ਦੇ ਅੰਡਰ ਨਹੀਂ ਆਉਂਦਾ। ਤਾਂ ਤੁਸੀਂ ਦੇਖ ਸਕਦੇ ਹੋ ਜਾਂ ਰੋੜਕੀ ਦੇ ਵਿੱਚ ਵੀ ਨੈੱਟ ਚੱਲ ਰਿਹਾ ਹੈ। ਆਲੂਪੁਰ ਤਾਂ ਬਹੁਤ ਦੂਰ ਹੈ, ਰੋੜਕੀ ਸਰਦੂਲਗੜ੍ਹ ਤੋਂ 2 ਕਿਲੋਮੀਟਰ ਪੈਂਦਾ ਹੈ, 3 ਕਿਲੋਮੀਟਰ 'ਤੇ ਸਰਦੂਲੇ ਵਾਲਾ ਪੈਂਦਾ ਹੈ। ਸੋ ਜਦੋਂ ਇੱਥੇ ਨੈੱਟ ਚੱਲ ਸਕਦਾ ਹੈ ਤਾਂ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਨੈੱਟ ਕਿਉਂ ਨਹੀਂ ਚੱਲ ਸਕਦਾ? ਇਹ ਸਰਕਾਰ ਨੂੰ ਸਵਾਲ ਹੈ। ਜੋ ਗੁਰਪ੍ਰੀਤ ਬਣਾਵਾਲੀ ਨੂੰ ਵੀ ਜੋ ਫੋਨ ਲਾਇਆ ਗਿਆ ਸੀ, ਸੋ ਉਹਨਾਂ ਨੇ ਵੀ ਜੋ ਫੋਨ ਨਹੀਂ ਚੁੱਕਿਆ, ਅਟੈਂਡ ਨਹੀਂ ਕੀਤਾ। ਸੋ ਇੰਟਰਨੈਟ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਜੋ ਦਿੱਕਤ ਆ ਰਹੀ ਹੈ। ਸੋ ਜੋ ਲੋਕਾਂ ਨੇ ਕਿਸ਼ਤਾਂ ਵਗੈਰਾ ਭਰਨੀਆਂ ਹੁੰਦੀਆਂ ਨੇ, ਕੋਈ ਲੋਨ ਅਪਰੂਵ ਕਰਨਾ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਜੋ ਇੰਟਰਨੈਟ 'ਤੇ ਡੇਲੀ ਲੋੜ ਪੈਂਦੀ ਹੈ ਇੰਟਰਨੈਟ ਦੀ। ਸੋ ਇੰਟਰਨੈਟ ਸੇਵਾਵਾਂ ਸਰਦੂਲਗੜ੍ਹ ਵਿੱਚ ਪਿਛਲੇ 9 ਦਿਨਾਂ ਤੋਂ ਬੰਦ ਪਿਆ ਹੈ। ਸੋ ਸਰਕਾਰ ਨੂੰ ਬਿਲਕੁਲ ਵੀ ਇਸ ਗੱਲ ਦੀ ਸ਼ਰਮ ਨਹੀਂ ਹੈ, ਅਤੇ ਨਾ ਹੀ ਸੈਂਟਰ ਦੀ ਮੋਦੀ ਸਰਕਾਰ ਨੂੰ ਭੋਰਾ ਵੀ ਸ਼ਰਮ ਨਹੀਂ ਹੈ, ਜੋ ਲੋਕਾਂ ਨੂੰ ਤੰਗ ਕੀਤਾ ਹੋਇਆ ਹੈ, ਜੋ ਫਾਹੇ ਟੰਗਿਆ ਹੋਇਆ ਹੈ। ਸੋ ਸਰਦੂਲਗੜ੍ਹ ਵਾਸੀਓ, ਆਪਾਂ ਨੂੰ ਜਾਗਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲਾ ਜੋ ਆਪਣਾ ਰੁਜ਼ਗਾਰ ਬਿਲਕੁਲ ਹੀ ਠੱਪ ਹੋ ਜਾਵੇਗਾ। ਤਾਂ ਤੁਸੀਂ ਦੇਖ ਸਕਦੇ ਹੋ ਜੋ ਮੇਰਾ ਵੀ ਡੇਲੀ ਦਾ ਸਰਦੂਲੇ ਵਾਲਾ ਦਾ ਗੇੜਾ ਰਹਿੰਦਾ ਹੈ। ਮੇਰਾ ਖੁਦ ਆਪਣਾ ਚੈਨਲ ਜੋ ਸਤਨਾਮ ਰਿਕਸ਼ਾ ਸਰਦੂਲਗੜ੍ਹ ਯੂਟਿਊਬ ਚੈਨਲ ਦੇ ਨਾਂ 'ਤੇ ਬਣਿਆ ਹੋਇਆ ਹੈ। ਸੋ ਮੈਂ ਖੁਦ ਆਪਣੇ ਚੈਨਲ 'ਤੇ ਕੰਮ ਕਰਨ ਲਈ ਮੈਨੂੰ ਇੱਥੇ ਸਰਦੂਲੇ ਵਾਲਾ ਆਉਣਾ ਪੈਂਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਰਿਲਾਇੰਸ ਪੰਪ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ, ਜੋ ਕਿ ਲੋਕ ਆਪਣੀਆਂ ਜ਼ਰੂਰਤਮੰਦ ਜੋ ਆਪਣੇ ਕੰਮ ਕਾਜ ਲੈ ਕੇ ਸੋ ਇੰਟਰਨੈਟ 'ਤੇ ਕੰਮ ਕਰਨ ਲਈ ਸਰਦੂਲੇ ਵਾਲਾ ਆਉਣਾ ਪੈਂਦਾ ਹੈ। ਸੋ ਇਹਨਾਂ ਸਰਕਾਰਾਂ ਨੂੰ ਪੁੱਛਣ ਵਾਲਾ ਹੋਵੇ ਕਿ ਆਮ ਜਨਤਾ ਦਾ ਇਸ ਵਿੱਚ ਕੀ ਸੰਬੰਧ ਹੈ।
ਸੋ ਤੁਹਾਨੂੰ ਦੋਨੇ ਸ਼ਹਿਦਾਂ ਦੀਆਂ ਤਸਵੀਰਾਂ ਦਿਖਾਈਆਂ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਭਗਵੰਤ ਮਾਨ ਤੱਕ ਪਹੁੰਚ ਸਕੇ ਅਤੇ ਗੁਰਪ੍ਰੀਤ ਬਣਾਵਾਲੀ ਤੱਕ ਪਹੁੰਚ ਸਕੇ। ਜੋ ਸਰਦੂਲਗੜ੍ਹ ਦੇ ਵਿੱਚ ਪਿਛਲੇ 9 ਦਿਨਾਂ ਤੋਂ ਇੰਟਰਨੈਟ ਸੇਵਾਵਾਂ ਬੰਦ ਨੇ ਅਤੇ ਬਾਕੀ ਹਰ 2 ਕਿਲੋਮੀਟਰ 'ਤੇ ਸਰਦੂਲਗੜ੍ਹ ਤੋਂ ਦੂਰ ਇੰਟਰਨੈਟ ਸੇਵਾਵਾਂ ਚੱਲ ਰਹੀਆਂ ਨੇ। ਸੋ ਇੱਥੇ ਹਰ ਰੋਜ਼ ਦੀ ਤਰ੍ਹਾਂ ਜੋ ਲੰਬੀਆਂ ਲਾਈਨਾਂ ਲੱਗਦੀਆਂ ਨੇ ਇੰਟਰਨੈਟ ਬੰਦ ਹੋਣ ਦੇ ਕਾਰਨ